ਜੁੱਗੋ ਜੁੱਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਮਹਾਨ ਸ਼ਹੀਦਾਂ ਅਤੇ ਜਰਨੈਲਾਂ ਦੀ ਯਾਦ ਦੇ ਵਿੱਚ ਜੁੜੀ ਹੋਈ ਸਮੂਹ ਸਾਧ ਸੰਗਤ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਵੇਲੇ ਦਿੱਲੀ ਦਰਬਾਰ ਦੀ ਹਕੂਮਤ ਨੇ ਆਪ ਦੀ ਪੂਰੀ ਫੌਜੀ ਤਾਕਤ ਦੇ ਨਾਲ ਅਤੇ ਇਸ ਸੰਸਾਰ ਦੀਆਂ ਹੋਰਨਾਂ ਤਾਕਤਾਂ ਦੀ ਮਦਦ ਦੇ ਨਾਲ ਦਰਬਾਰ ਸਾਹਿਬ ਦੇ ਉੱਪਰ, ਅਕਾਲ ਤਖਤ ਸਾਹਿਬ ਦੇ ਉੱਪਰ ਅਤੇ ਉਸ ਤੋਂ ਇਲਾਵਾ 70 ਤੋਂ ਵਧੀਕ ਗੁਰਦੁਆਰਾ ਸਾਹਿਬਾਨ ਦੇ ਉੱਪਰ ਫੌਜੀ ਹਮਲਾ ਕੀਤਾ, ਉਸ ਸਮੇਂ ਇਸ ਦੁਨੀਆ ਦੇ ਵਿੱਚ ਬਦੀ ਦੀਆਂ ਤਾਕਤਾਂ ਦੇ ਰੂਪੀ ਇਸ ਤਖਤ ਨੇ ਸੱਚ ਚਾਨਣ ਨੂੰ ਦਬਾਉਣ ਦੇ ਵਾਸਤੇ ਆਪ ਦਾ ਪੂਰਾ ਤਾਣ ਲਾਇਆ ਅਤੇ ਦੁਨੀਆ ਵਿੱਚ ਬਹੁਤ ਸਾਰੇ ਲੋਕ ਇਹ ਸੋਚਦੇ ਸੀਗੇ ਕਿ ਸਿੱਖ ਹੁਣ ਮੁਕੰਮਲ ਰੂਪ ਦੇ ਵਿੱਚ ਦਬਾ ਦਿੱਤੇ ਜਾਣਗੇ, ਪਰ ਗੁਰੂ ਪਾਤਸ਼ਾਹ ਨੇ ਜੋ ਖਾਲਸੇ ਨੂੰ ਬਲ ਬਖਸ਼ਿਆ, ਜੋ ਮਿਹਰ ਕੀਤੀ ਹੈ, ਉਹਦਾ ਕਿਣਕਾ ਜਿਨ੍ਹਾਂ ਜੀਆਂ ਦੇ ਵਿੱਚ ਸੀਗਾ, ਗੁਰੂ ਮਹਾਰਾਜ ਦਾ ਹੀ ਓਟ ਲੈ ਕੇ ਉਹਨਾਂ ਨੇ ਅਜਿਹਾ ਆਪ ਦਾ ਕਰਮ ਗੁਰੂ ਦੇ ਅਦਬ ਦੇ ਵਾਸਤੇ ਸੰਸਾਰ ਦੇ ਸਾਹਮਣੇ ਲਿਆਂਦਾ ਕਿ ਦੁਨੀਆ ਹੈਰਾਨ ਰਹਿ ਗਈ। ਔਰ ਉਹ ਗੱਲਾਂ, ਉਹ ਸਾਰੇ ਵਾਕੇ ਜਿਨ੍ਹਾਂ ਦੇ ਬਾਰੇ ਦੇ ਵਿੱਚ ਕਦੀ ਇਤਿਹਾਸ ਦੇ ਵਿੱਚ ਸੁਣਿਆ ਸੀ, ਅਤੇ ਬਹੁਤ ਸਾਰੇ ਲੋਕ ਇਹ ਕਹਿੰਦੇ ਸੀਗੇ ਕਿ ਸਿੱਖ ਉਹੀ ਪੁਰਾਣੀਆਂ ਕਥਾ ਕਹਾਣੀਆਂ ਦੁਹਰਾਈ ਜਾਂਦੇ ਨੇ, ਇਹ ਗੱਲਾਂ ਦੁਬਾਰਾ ਨਹੀਂ ਵਾਪਰਦੀਆਂ। ਮੈਂ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਦਾ। ਕਸ਼ਮੀਰ ਦੀ ਜੇਲ੍ਹ ਦੇ ਵਿੱਚ, ਜੰਮੂ ਕਸ਼ਮੀਰ ਦੀ ਜੇਲ੍ਹ ਦੇ ਵਿੱਚ ਕੁਝ ਸਿੰਘ ਨਜ਼ਰਬੰਦ ਸੀਗੇ, ਅਤੇ ਉੱਥੇ ਗਿਲਾਨੀ ਸਾਹਿਬ ਜਿਹੜੇ ਕਸ਼ਮੀਰੀਆਂ ਦੇ ਬੜੇ ਵੱਡੇ ਆਗੂ, ਉਹ ਵੀ ਨਜ਼ਰਬੰਦ ਸੀਗੇ। ਅਤੇ ਗਿਲਾਨੀ ਸਾਹਿਬ ਨੇ ਕਿਹਾ ਕਿ ਸਿੱਖੋ ਵੀ ਜੋ ਤੁਸੀਂ ਕਹਿੰਦੇ ਰਹੇ ਕਿ ਜਿੰਨੀ ਗੁਰੂ ਘਰ ਦੇ ਉੱਪਰ ਭਾਜੀ ਚਾੜੀ ਹੈ, ਵੀ ਹੁਣ ਸਮਾਂ ਬਦਲ ਗਿਆ, ਅੱਜ ਦੇ ਸਮੇਂ ਦੇ ਵਿੱਚ ਤੁਹਾਡੇ ਕੋਲੋਂ ਇੰਦਰਾ ਗਾਂਧੀ ਦਾ ਸੌਦਾ ਨਹੀਂ ਲੱਗਣਾ ਹੈ। ਅਤੇ ਉਹ ਕਹਿੰਦੇ ਕਿ ਜਿਸ ਦਿਨ ਉਹਨਾਂ ਸਿੰਘਾਂ ਨੂੰ ਨਹੀਂ ਸੀ ਪਤਾ ਕਿ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਹੋਣਾ ਨੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਸੱਚੇ ਪਾਤਸ਼ਾਹ ਦੇ ਬਾਜਾਂ ਨੇ ਜੋ ਆਪ ਦਾ ਫਰਜ਼ ਸੀਗਾ ਉਹ ਨਿਭਾ ਦਿੱਤਾ, ਅਤੇ ਦੁਸ਼ਟ ਨੂੰ ਸੌਦਾ ਲਗਾ ਕੇ ਉਹਦੇ ਨਾਲ ਇਨਸਾਫ ਕਰ ਦਿੱਤਾ। ਉਹ ਕਹਿੰਦੇ ਉਹਨਾਂ ਸਿੰਘਾਂ ਨੂੰ ਨਹੀਂ ਸੀ ਪਤਾ, ਅਤੇ ਗਿਲਾਨੀ ਸਾਹਿਬ ਬਹੁਤ ਖੁਸ਼ੀ ਦੇ ਵਿੱਚ ਆਏ, ਉਹਨਾਂ ਦੇ ਹੱਥ ਦੇ ਵਿੱਚ ਜੋ ਵੀ ਉੱਥੇ ਮਿੱਠਾ ਸੀਗਾ ਉਹ ਸੀਗਾ, ਅਤੇ ਉਹਨਾਂ ਨੇ ਆ ਕੇ ਕਿਹਾ ਵੀ ਭਾਈ ਤੁਸੀਂ ਕਰ ਦਿਖਾਇਆ, ਸਾਨੂੰ ਲੱਗਦਾ ਸੀਗਾ ਕਿ ਇਸ ਸਮੇਂ ਦੇ ਵਿੱਚ ਨਹੀਂ ਹੋਣਾ, ਪਰ ਤੁਸੀਂ ਕਰ ਦਿਖਾਇਆ। ਸੋ ਭਾਈ ਗੁਰਜੰਟ ਸਿੰਘ ਜੀ, ਬੁੱਧ ਸਿੰਘ ਵਾਲਾ, ਉਹਨਾਂ ਨੇ ਜੋ ਗੁਰੂ ਖਾਲਸਾ ਪੰਥ ਦੀ ਰਵਾਇਤ ਰਹੀ, ਸਾਂਝੀ ਅਗਵਾਈ ਦੀ, ਸਾਂਝੇ ਫੈਸਲਿਆਂ ਦੀ, ਉਹਨੂੰ ਬਿਲਕੁਲ ਸਭ ਤੋਂ ਉਸ ਵਿਖੜੇ ਸਮੇਂ ਦੇ ਦੌਰਾਨ ਜੋ ਆਪਾਂ ਇਤਿਹਾਸ ਦੇ ਵਿੱਚ ਪੜ੍ਹਦੇ ਕਿ ਸਿਰਾਂ ਦੇ ਮੁੱਲ ਪਏ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਉਹਨਾਂ ਹਾਲਾਤਾਂ ਦੇ ਵਿੱਚ ਵੀ ਉਹ ਗੁਰੂ ਦਾ ਮਾਰਗ, ਉਹ ਗੁਰੂ ਦੀ ਬਖਸ਼ਿਸ਼, ਉਹ ਗੁਰੂ ਦੀ ਸੇਧ ਜਿਹੜੀ ਸੀਗੀ, ਉਹਨੂੰ ਉਸ ਸੰਘਰਸ਼ ਦੇ ਦੌਰਾਨ ਲਾਗੂ ਕੀਤਾ। ਅਤੇ ਅੱਜ ਜਦੋਂ ਉਸੇ ਸਾਂਝੀ ਅਗਵਾਈ, ਸਾਂਝੇ ਫੈਸਲਿਆਂ ਦੇ ਉੱਪਰ ਕਿੰਤੂ ਪਰੰਤੂ ਹੁੰਦੀ, ਤਾਂ ਸਮੁੱਚੀ ਸੰਗਤ ਨੂੰ ਇਹ ਗੱਲ ਵਿਚਾਰ ਕਰਨੀ ਚਾਹੀਦੀ, ਇਸ ਬਾਰੇ ਦੇਖਣਾ ਚਾਹੀਦਾ। ਇਹ ਸ਼ਹੀਦਾਂ ਦੀ ਅਜ਼ਮਤ ਦੇ ਖਿਲਾਫ਼ ਹੈ ਕਿ ਕੋਈ ਵੀ ਉੱਠ ਕੇ ਉਹਨਾਂ ਦੇ ਲਏ ਹੋਏ ਫੈਸਲਿਆਂ ਦੇ ਬਾਰੇ ਦੇ ਵਿੱਚ ਸਵਾਲ ਕਰੇ। ਉਹ ਫੈਸਲੇ ਜੰਗ ਦੇ ਫੈਸਲੇ ਸੀਗੇ, ਅਤੇ ਜੰਗ ਦੇ ਫੈਸਲੇ, ਜੰਗ ਦੇ ਹਾਲਾਤ ਨੂੰ ਮੱਦੇਨਜ਼ਰ ਰੱਖ ਕੇ ਹੀ ਉਹਨਾਂ ਦੇ ਬਾਰੇ ਦੇ ਵਿੱਚ ਵਿਚਾਰਿਆ ਜਾ ਸਕਦਾ। ਇੰਨੀ ਕੁ ਬੇਨਤੀ ਹੈ। ਦੂਸਰੀ ਆਪਾਂ ਗੱਲ ਕਰਦੇ ਕਿ ਜਦੋਂ ਕੋਈ ਵੀ ਸੰਘਰਸ਼ ਹੁੰਦਾ ਤਾਂ ਉਹਦੇ ਵਿੱਚੋਂ ਸਦਾ ਭਵਿੱਖ ਬੁਣਿਆ ਜਾਣਾ ਹੁੰਦਾ।
ਸੋ ਇੱਕ ਗੱਲ ਤਾਂ ਇਹ ਸੀਗੀ ਕਿ ਬਦੀ ਦੀ ਤਾਕਤ ਨੇ ਸੱਚ ਨਿਆਂ ਦੇ ਖਿਲਾਫ ਹਮਲਾ ਕੀਤਾ ਅਤੇ ਗੁਰੂ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਸਿੰਘਾਂ ਨੇ ਜੋ ਗੁਰੂ ਪਾਤਸ਼ਾਹ ਦਾ ਬਿਰਧ ਸੀਗਾ ਉਹ ਬੁਲੰਦ ਕੀਤਾ ਅਤੇ ਜੋ ਗੁਰੂ ਮਹਾਰਾਜ ਨੇ ਖਾਲਸੇ ਨੂੰ ਬਿਰਧ ਬਖਸ਼ਿਆ ਸਰਬੱਤ ਦੇ ਭਲੇ ਦਾ, ਨਿਮਾਣੇ ਨਿਤਾਣੇ ਦੀ ਰੱਖਿਆ ਦਾ, ਬੇਗਮਪੁਰਾਂ ਦੀ ਨਿਆਈ ਇੱਕ ਬਰਾਬਰੀ ਵਾਲਾ ਸਮਾਜ ਸਿਰਜਣ ਦਾ ਅਤੇ ਹਲੇਮੀ ਰਾਜ ਸਿਰਜਣ ਦਾ, ਜਿਹਨੂੰ ਆਪਾਂ ਅੱਜ ਦੇ ਸਮੇਂ ਦੇ ਵਿੱਚ ਖਾਲਿਸਤਾਨ ਕਹਿੰਦੇ ਹਾਂ। ਸੋ ਉਹਦੀ ਸੁਰਜੀਤੀ ਦੇ ਵਾਸਤੇ, ਉਹਦੀ ਕਾਇਮੀ ਦੇ ਵਾਸਤੇ ਉਹਨਾਂ ਸ਼ਹੀਦਾਂ ਨੇ ਗੁਰੂ ਪਾਤਸ਼ਾਹ ਦੇ ਬਿਰਧ ਨੂੰ ਪਾਲਣ ਦੇ ਵਾਸਤੇ ਆਪ ਦੇ ਜੀਵਨ ਜਿਹੜੇ ਆ ਉਹ ਲੇਖੇ ਲਾਏ। ਸੋ ਅੱਜ ਦੇ ਹਾਲਾਤ ਦੇ ਉੱਪਰ ਨਜ਼ਰ ਮਾਰੀਏ, ਜਦੋਂ ਕਿਸਾਨੀ ਸੰਘਰਸ਼ ਸੀਗਾ ਉਦੋਂ ਤੋਂ ਇਹ ਗੱਲ ਸਾਫ਼ ਹੋ ਗਈ ਸੀ ਕਿ ਪੰਜਾਬ ਦੁਨੀਆ ਦੇ ਬਦਲ ਰਹੇ ਹਾਲਾਤ ਦੇ ਵਿੱਚ ਜਿੰਨੀ ਤੇਜ਼ੀ ਦੇ ਨਾਲ ਚੀਨ ਦਾ ਉਭਾਰ ਹੋ ਰਿਹਾ ਏਸ਼ੀਆ ਦੇ ਵਿੱਚੋਂ, ਅਮਰੀਕਾ ਦੀ ਸਰਦਾਰੀ ਨੂੰ ਚੁਣੌਤੀ ਮਿਲ ਰਹੀ ਹੈ, ਉਹਦੇ ਵਿੱਚ ਦੱਖਣੀ ਏਸ਼ੀਆ ਦਾ ਖਿੱਤਾ ਅਤੇ ਖਾਸ ਕਰਕੇ ਪੰਜਾਬ ਆਪਣੀ ਭੂਗੋਲਿਕ ਸਥਿਤੀ ਕਰਕੇ ਮਹੱਤਵਪੂਰਨ ਹੋ ਜਾਣੇ ਅਤੇ ਦੁਨੀਆ ਦੀਆਂ ਤਾਕਤਾਂ ਨੇ ਜਿਸ ਅਖਾੜੇ 'ਚ ਭਿੜਨਾ ਉਹ ਸਾਊਥ ਏਸ਼ੀਆ ਬਣਨਾ, ਉਹਦੇ ਵਿੱਚੋਂ ਪੰਜਾਬ ਇੱਕ ਵੱਡਾ ਅਖਾੜਾ ਬਣਨਾ। ਦੂਸਰੀ ਗੱਲ, ਸਿੱਖ ਆਪਣੇ ਰਾਜਨੀਤਿਕ ਇਤਿਹਾਸ ਕਰਕੇ ਇਸ ਖਿੱਤੇ ਦੇ ਵਿੱਚ ਸੋਵਰਨ ਸਟੇਟ ਦੇ ਨੂੰ ਮਾਨਣ ਵਾਲੇ ਰਹੇ ਹੋਣ ਕਰਕੇ ਅਤੇ ਆਪ ਦੇ ਸਦੀਵੀ ਹੋਂਦ ਵਾਲੇ ਅਕਾਲ ਪੁਰਖ ਦੀ ਬਖਸ਼ਿਸ਼ ਵਾਲੇ ਪਾਤਸ਼ਾਹੀ ਦਾਅਵੇ ਕਰਕੇ ਅਤੇ ਸਾਂਝੇ ਸੰਘਰਸ਼ ਦੀ ਅਗਵਾਈ ਕਰਨ ਦੀ ਸਮਰੱਥਾ ਕਰਕੇ ਸਿੱਖ ਵੀ ਮਹੱਤਵਪੂਰਨ ਹੋ ਗਏ ਆ। ਅਤੇ ਜੋ ਸਿੱਖਾਂ ਦਾ ਪੰਜਾਬ ਦੇ ਨਾਲ ਰਿਸ਼ਤਾ ਆ, ਇਹ ਦੋਵੇਂ ਕੰਬੀਨੇਸ਼ਨ ਇਸ ਤਰ੍ਹਾਂ ਦੇ ਬਣਦੇ ਆ ਕਿ ਆਉਂਦਾ ਸਮਾਂ ਸਿੱਖਾਂ ਵਾਸਤੇ ਅਤੇ ਪੰਜਾਬ ਵਾਸਤੇ ਡਾਢੀਆਂ ਪਰਖਾਂ ਦਾ ਸਮਾਂ ਹੋਣਾ, ਇਹ ਗੱਲ ਅਸੀਂ 2021 ਤੋਂ ਸੰਗਤ ਦੇ ਚਰਨਾਂ 'ਚ ਲਗਾਤਾਰ ਕਹਿ ਰਹੇ। ਅਤੇ ਅੱਜ 4 ਸਾਲ ਬਾਅਦ ਜੋ ਕੁਝ ਵਾਪਰਿਆ, ਚਾਹੇ ਉਹ ਗੁਆਂਢੀ ਮੁਲਕ 'ਚ ਵਾਪਰਿਆ ਹੋਵੇ, ਚਾਹੇ ਕੈਨੇਡਾ 'ਚ ਵਾਪਰਿਆ ਹੋਵੇ, ਚਾਹੇ ਇੰਗਲੈਂਡ ਦੇ ਵਿੱਚ ਵਾਪਰਿਆ ਹੋਵੇ, ਜਿਨ੍ਹਾਂ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ, ਅਤੇ ਜੋ ਅਮਰੀਕਾ ਦੇ ਵਿੱਚ ਇਹ ਕਰਨ ਦੀ ਕੋਸ਼ਿਸ਼ ਦੇ ਵਿੱਚ ਫੜੇ ਗਏ, ਉਹ ਸਾਰੇ ਨੇ ਦਰਸਾਇਆ ਕਿ ਹਾਲਾਤ ਬਿਲਕੁਲ ਆਮ ਨਹੀਂ ਹੈਗੇ। ਅਤੇ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਦਿੱਲੀ ਦਰਬਾਰ ਦੀ ਨੀਤੀ ਕੀ ਹੈ, ਇਹ ਮੇਰਾ ਬਿਲਕੁਲ ਆਖਰੀ ਨੁਕਤਾ ਹੈ ਕਿ ਜਿਸ ਦਿਨ ਉਹਨਾਂ ਨੇ ਕਸ਼ਮੀਰ ਦੇ ਵਿੱਚ ਮਹਿਬੂਬਾ ਮੁਫਤੀ ਦੀ ਸਰਕਾਰ ਸੁੱਟੀ, ਉਸ ਦਿਨ ਤੋਂ ਇਹ ਸਾਫ਼ ਹੋ ਗਿਆ ਸੀਗਾ ਕਿ ਦਿੱਲੀ ਦਰਬਾਰ ਦੇ ਵਿੱਚ ਜੋ ਰਾਜਤੰਤਰੀ ਢਾਂਚਾ 2014 ਤੋਂ ਬਾਅਦ ਇਹ ਬ੍ਰਿਪਰਵਾਦੀ ਭਾਜਪਾ ਨੇ ਸਿਰਜਿਆ, ਉਹ ਕਿਸੇ ਦੇ ਰਾਹੀਂ ਸੰਘਰਸ਼ ਕਰ ਰਹੇ ਲੋਕਾਂ ਨੂੰ ਕਾਬੂ ਹੇਠ ਨਹੀਂ ਰੱਖਣਾ ਚਾਹੁੰਦੇ। ਪਹਿਲਾਂ ਉਹ ਕਸ਼ਮੀਰ ਦੇ ਵਿੱਚ ਅਬਦੁੱਲਿਆਂ ਮੁਫਤੀਆਂ ਰਾਹੀਂ ਰੱਖਦੇ ਸੀ, ਪੰਜਾਬ ਦੇ ਵਿੱਚ ਬਾਦਲਾਂ ਅਮਰਿੰਦਰਾਂ ਦੇ ਰਾਹੀਂ ਰੱਖਦੇ ਸੀ। ਇਹ ਉਹਨਾਂ ਦੀ ਪਹਿਲਾਂ ਦੀ ਨੀਤੀ ਸੀਗੀ ਕਿ ਜਿਹੜੇ ਲੋਕ ਆਜ਼ਾਦੀ ਦੀ ਮੰਗ ਕਰਦੇ ਨੇ, ਆਪਦਾ ਰਾਜ ਚਾਹੁੰਦੇ ਨੇ, ਉਹਨਾਂ ਦੇ ਵਿੱਚੋਂ ਹੀ ਇੱਕ ਹਿੱਸੇ ਨੂੰ ਆਪਣੇ ਨਾਲ ਲੈ ਲਓ, ਉਹਨਾਂ ਦੇ ਰਾਹੀਂ ਉਹਨਾਂ ਨੂੰ ਕਾਬੂ 'ਚ ਕਰਕੇ ਰੱਖੋ। ਹੁਣ ਉਹ ਬੁਨਿਆਦੀ ਰੂਪ 'ਚ ਕਿਸੇ ਨੂੰ ਨਹੀਂ ਚਾਹੁੰਦੇ, ਜਿਹੜਾ ਉਹਨਾਂ ਦੇ ਨਾਲ ਚੱਲਣਾ ਚਾਹੁੰਦਾ ਉਹ ਉਹਨਾਂ ਨੂੰ ਵੀ ਨਹੀਂ ਚਾਹੁੰਦੇ। ਕਿੰਨੇ ਨੇ ਪੰਜਾਬ ਦੇ ਵਿੱਚੋਂ ਜਿਨ੍ਹਾਂ ਨੇ ਨਾਲ ਜਾ ਕੇ ਦੇਖ ਲਿਆ, ਕਿਸੇ ਨੂੰ ਉਹਨਾਂ ਨੇ ਕੁਛ ਨਹੀਂ ਦਿੱਤਾ ਹੈ, ਪਰ ਉਹ ਕਰਦੇ ਕੀ ਨੇ? ਉਹ ਇਹ ਵੋਟਾਂ ਦਾ ਚੋਗਾ ਜਦੋਂ ਵੀ ਆਉਂਦਾ, ਵੋਟਾਂ ਜਿੰਨੀ ਲੜਨੀਆਂ ਨੇ ਇੱਕ ਹਿੱਸਾ ਹੈ, ਉਹਦੇ ਵਿੱਚ ਸ਼ਮੂਲੀਅਤ ਹੋਣੀ ਚਾਹੀਦੀ। ਤੁਹਾਡਾ ਅਕੀਦਾ ਗੁਰੂ ਖਾਲਸਾ ਪੰਥ ਦੀ ਸੇਵਾ ਦਾ ਹੋਣਾ ਚਾਹੀਦਾ। ਦਿੱਲੀ ਕਮੇਟੀ ਦੀ ਚੋਣ ਦੇ ਦੌਰਾਨ ਕੀ ਵਾਪਰਿਆ? ਉੱਥੇ ਪੂਰਾ ਇਹ ਮਾਹੌਲ ਸੀਗਾ ਕਿ ਜੇ ਇਹਦੀ ਸਾਂਭ ਸੰਭਾਲ ਸੁਹਿਰਦ ਹੱਥਾਂ ਦੇ ਵਿੱਚ ਲੈਣੀ ਤਾਂ ਸਾਰੇ ਰਲ ਕੇ ਬਾਦਲਾਂ ਦੇ ਵਿਰੋਧ ਦੇ ਵਿੱਚ ਇਕੱਠੇ ਹੋ ਜਾਓ ਤਾਂ ਕਿ ਕੋਈ ਇਹਦਾ ਪ੍ਰਬੰਧ ਸੁਝਾ ਰਿਹਾ ਜਾ ਸਕੇ। ਦਿੱਲੀ ਦਰਬਾਰ ਨੇ ਕੀਤਾ, ਉਹਨੀ ਸਾਰੇ ਹਿੱਸਿਆਂ ਨੂੰ ਥਾਪੀ ਦਿੱਤੀ ਕਿ ਐਤਕੀ ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਆਓ।
ਉਹਦਾ ਨਤੀਜਾ ਕੀ ਹੋਇਆ? ਉੱਥੇ 5-6 ਧੜੇ ਬਣ ਕੇ ਲੜੇ, ਅਤੇ ਉਹੀ ਭਾਜਪਾ ਜਿੰਨੀ ਚੋਣ ਨਹੀਂ ਲੜੀ ਪਰ ਸਿੱਖਾਂ ਦੀ ਅੰਦਰੂਨੀ ਫੁੱਟ ਕਾਰਨ ਉਹ ਇਸ ਹਾਲਤ ਦੇ ਵਿੱਚ ਆ ਗਏ ਕਿ ਉਹ ਜਿੱਤੀ ਜਿਤਾਈ ਕਮੇਟੀ ਲੈ ਗਏ। ਹਰਿਆਣੇ ਦੀ ਕਮੇਟੀ ਦਾ ਦੇਖ ਲਓ, ਤਖ਼ਤ ਪਟਨਾ ਸਾਹਿਬ ਦਾ ਦੇਖ ਲਓ, ਤਖ਼ਤ ਹਜ਼ੂਰ ਸਾਹਿਬ ਦਾ ਦੇਖ ਲਓ, ਸਾਰਿਆਂ ਦੇ ਉੱਪਰ ਉਹਨਾਂ ਨੇ ਕਿਸੇ ਦੇ ਵਿੱਚ ਵੋਟਾਂ ਦੇ ਰਾਹੀਂ ਕਿਸੇ 'ਚ ਸਿੱਖਾਂ ਦੀ ਅੰਦਰੂਨੀ ਫੁੱਟ ਦਾ ਰਾਹ ਲੈ ਕੇ ਅੱਜ ਪੰਜਾਬ ਦੇ ਵਿੱਚ ਉਹ ਹਾਲਤ ਬਣਦੇ ਨਜ਼ਰ ਆ ਰਹੇ ਹੈ। ਜਿਹੜੀ ਪ੍ਰਮੁੱਖ ਧਿਰ ਸਿੱਖਾਂ ਦੀ ਰਹੀ ਉਹ ਹੁਣ ਇੰਨੇ ਜੋਗੇ ਨਹੀਂ ਰਹੇ, ਉਹਨਾਂ ਨੂੰ ਕੱਟ ਟੂ ਸਾਈਜ਼ ਕਰ ਲਿਆ, ਅਤੇ ਬਹੁਤ ਸਾਰੇ ਬੰਦਿਆਂ ਨੂੰ ਉਹ ਇੱਕੋ ਮੌਕੇ ਦੇ ਉੱਪਰ ਥਾਪੀਆਂ ਦੇਣਗੇ। ਸੋ ਇਹਨਾਂ ਗੱਲਾਂ ਤੋਂ ਸੁਚੇਤ ਰਹਿਣਾ ਚਾਹੀਦਾ। ਜਿਹੜੇ ਉਹਨਾਂ ਦੇ ਨਾਲ ਗਏ ਸੀਗੇ ਉਹਨਾਂ ਦਾ ਹਸ਼ਰ ਦੇਖਣਾ ਚਾਹੀਦਾ ਕੀ ਹੋਇਆ। ਬਾਦਲਾਂ ਤੋਂ ਵੱਧ ਤਾਂ ਕੋਈ ਨਹੀਂ ਸੀ ਗਿਆ, ਅਤੇ ਕਿੰਨੇ ਹੁਣ ਨੇ ਜਿਹੜੇ ਉਹਨਾਂ ਦੇ ਨਾਲ ਗਏ ਸੀਗੇ ਜਿਨ੍ਹਾਂ ਨੇ ਦੇਖਿਆ ਕਿ ਭਾਈ ਉਹ ਬਿਲਕੁਲ ਠਿੱਠ ਕਰਦੇ ਆ, ਕਿਸੇ ਨੂੰ ਕੁਛ ਨਹੀਂ ਦਿੰਦੇ ਹੈ। ਅਤੇ ਸਿੱਖਾਂ ਨੂੰ ਆਪਣੀ ਟੇਕ ਅਕਾਲ ਪੁਰਖ ਦੇ ਉੱਪਰ ਰੱਖਣੀ ਚਾਹੀਦੀ। ਇਸ ਇੰਡੀਅਨ ਨਿਜ਼ਾਮ ਦੇ ਉੱਪਰ ਵਿੱਚ ਆਰਜ਼ੀ ਅਤੇ ਵਕਤੀ ਸਹੂਲਤਾਂ ਲਈਆਂ ਜਾ ਸਕਦੀਆਂ, ਮੁਕੰਮਲ ਹੱਲ ਖਾਲਸੇ ਦਾ ਪ੍ਰਭੂ ਸੱਤਾ ਸੰਪੰਨ ਰਾਜ ਜਿਹਨੂੰ ਆਪਾਂ ਖਾਲਿਸਤਾਨ ਕਹਿੰਦੇ, ਜੋ ਸ਼ਹੀਦਾਂ ਦਾ ਸੁਪਨਾ ਸੀ ਉਸੇ ਦੇ ਵਿੱਚ ਹੈ। ਪਰ ਸਾਨੂੰ ਆਪਸ ਦੇ ਵਿੱਚ ਤਾਲਮੇਲ ਦੇ ਵਿੱਚ ਚੱਲਣਾ ਚਾਹੀਦਾ। ਜਿਸ ਤਰ੍ਹਾਂ ਪਹਿਲਾਂ ਅਕਾਲੀ ਸਿੰਘ ਅਕਾਲੀ ਸੱਤਾ ਦੇ ਉੱਪਰ ਖੜ੍ਹਦੇ ਸੀ, ਰਾਠ ਸਰਦਾਰ ਆਪਣਾ ਰਾਜ ਭਾਗ ਕਾਇਮ ਕਰਨ ਦੇ ਲਈ ਚੱਲਦੇ ਸੀ, ਮਿਲਵਰਤਣੀਏ ਦੂਜੇ ਤਖਤਾਂ ਦੇ ਨਾਲ ਮਿਲਵਰਤਣ ਕਰਦੇ ਸੀ, ਪਰ ਸਾਰੇ ਗੁਰੂ ਪੰਥ ਦੀ ਅਜ਼ਮਤ ਦੇ ਵਾਸਤੇ ਕਾਰਜ ਕਰਨ ਦਾ ਯਤਨ ਕਰਦੇ ਸੀ। ਅਜਿਹਾ ਮਾਹੌਲ ਸਿਰਜਣ ਦੀ ਜ਼ਰੂਰਤ ਹੈ, ਆਪਸ ਦੇ ਵਿੱਚ ਗੱਲਬਾਤ ਕਰਨ ਦੀ ਜ਼ਰੂਰਤ ਹੈ। ਜੇ ਇੱਕ ਦੂਜੇ ਦੇ ਬਾਰੇ ਦੇ ਵਿੱਚ ਹੋਵੇ, ਉਹ ਗੱਲਾਂ ਗੁਰੂ ਨੇ ਦੱਸਿਆ ਆ ਕਿ 5 ਸਿੰਘਾਂ ਦੀ ਹਾਜ਼ਰੀ 'ਚ ਸਾਂਝੀ ਅਗਵਾਈ 'ਚ ਗੁਰਮਤੇ ਦੇ ਨਾਲ ਫੈਸਲੇ ਲੈ ਕੇ ਵਿਚਾਰੀਆਂ ਜਾਣੀਆਂ ਚਾਹੀਦੀਆਂ ਨੇ। ਜੇ ਇਹ ਰਸਤਾ ਆਪਾਂ ਨਹੀਂ ਅਪਣਾਉਂਦੇ ਤਾਂ ਭਵਿੱਖ ਦੀਆਂ ਚੁਣੌਤੀਆਂ ਸਾਡੇ ਸਾਹਮਣੇ ਹੋਰ ਵੀ ਜ਼ਿਆਦਾ ਮੁਸ਼ਕਲ ਹੋਣੀਆਂ। ਹੱਲ ਜਿਹੜਾ ਆ ਉਹ ਕਿਸੇ ਹੋਰ ਦੀ ਟੇਕ ਦੇ ਨਾਲ ਨਹੀਂ ਹੈ, ਉਹ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਖਾਲਸਾ ਪੰਥ ਦੀ ਸ਼ਰਨ ਪੈਣ ਦੇ ਵਿੱਚ ਹੈ। ਇੰਨੀਆਂ ਕੁ ਬੇਨਤੀਆਂ ਨੇ, ਕਹਿੰਦਿਆਂ ਹੋਇਆਂ ਕੁਝ ਵੱਧ ਘੱਟ ਕਿਹਾ ਗਿਆ ਹੋਵੇ ਉਹਦੇ ਲਈ ਖਿਮਾ ਦਾ ਯਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।